ਇਹਨਾਂ ਦੇ ਸੰਬੰਧ ਦੇ ਵਿੱਚ ਆ। ਇਹ ਆਮ ਪਬਲਿਕ ਨੂੰ ਇੱਕ ਮਨ ਦੇ ਵਿੱਚ ਜਿਹਨਾਂ ਦੇ ਖੌਫ ਆ ਉਹਨਾਂ ਦੇ ਵਾਸਤੇ ਵੀ ਪੁਲਿਸ ਦੀ ਸੁਰੱਖਿਆ ਪੂਰੀ ਫੋਰਸ ਆ। ਇਸ ਕਰਕੇ ਇਹ ਜਿਹੜੇ ਆਮ ਲੋਕ ਆ, ਆਮ ਜਨਤਾ ਦੇ ਮਨਾਂ ਦੇ ਵਿੱਚ ਡਰ ਨਾ ਕੋਈ ਰਵੇ ਵੀ ਕੋਈ ਇੱਦਾਂ ਦੀ ਕੋਈ ਗੁੰਡਾਗਰਦੀ ਜਾਂ ਇੱਦਾਂ ਦੀ ਕੋਈ ਤਾਕਤ ਨਹੀਂ ਹੈ ਕਿ ਉਹ ਆਰਾਮ ਨਾਲ ਆਪਣੀ ਇਸ ਟਾਈਮ ਵੀ ਆਪਣਾ ਜੋ ਬਾਜ਼ਾਰਾਂ ਦੇ ਵਿੱਚ ਜਾਂ ਦੁਕਾਨਦਾਰ ਆ ਆਪਣਾ ਆਰਾਮ ਨਾਲ ਕੰਮ ਕਰਨ। ਸਰ, ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਜਿਹੜਾ ਪਿੱਛੇ ਦਹਿਸ਼ਤ ਦਾ ਮਾਹੌਲ ਸੀਗਾ ਕਪੂਰਥਲੇ, ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਰ, ਪੀਸਫੁੱਲ ਆ ਮਾਹੌਲ ਸਾਰਾ, ਆਪਣਾ ਰੂਟੀਨ ਦੇ ਵਿੱਚ ਆਪਣੇ ਨਿਸ਼ਚਿੰਤ ਹੋ ਕੇ ਆਪਣਾ ਕੰਮ। ਆਉਣ ਵਾਲੇ ਟਾਈਮ 'ਚ ਫਰਾਈ ਮਾਰ 'ਚ ਇਸ ਤਰ੍ਹਾਂ ਰੂਟੀਨ 'ਚ ਚੱਲੂਗਾ ਸਰ? ਬਿਲਕੁਲ, ਜਿੱਥੇ ਜਿੱਥੇ ਤੁਹਾਨੂੰ ਲੱਗੂ। ਸੁਰੱਖਿਆ ਲਈ ਨੂੰ ਲੈ ਕੇ ਹੋਰ ਵੀ ਰਹੀ ਆਪਣੇ ਫਲੈਸ਼ਰਾਂ ਤੱਕ ਪ੍ਰਬੰਧ ਕੀਤੇ ਜਾਊਗੇ? ਹਾਂਜੀ ਹਾਂਜੀ। ਸਰ, ਜਿਹੜੇ ਗਲਤ ਮਾਇੰਡਡ ਲੋਕ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਸ ਉਹ ਆਪਣਾ ਗਲਤ ਧੰਦੇ ਛੱਡਣ, ਨਹੀਂ ਤਾਂ ਪੁਲਿਸ ਉਹਨਾਂ ਨੂੰ ਆਪਣੇ ਕੰਧੇ 'ਚ ਲਾਊ। ਜੀ ਜੀ। Subscribe to our YouTube channel News DNN by clicking the bell icon. Don't forget to like, comment and share.